9 ਵੱਜ ਗਏ ਯਾਰ, ਕਾਲਾ ਆਈ ਨਹੀਂ ਨੌਕਰ ਅੱਜ, ਕੀ ਗੱਲ? ਚਲੋ ਲਾ ਜੋ, ਲੈ ਉਹ ਆ ਗਿਆ ਹੁਣ ਯਾਦ ਕਰ। ਬਸ ਹੋਰ ਲੈ ਲਈ 100 ਰੁਪਇਆ ਲੱਸੀ ਉਹਦੇ ਲਾਇਆ ਘਰੀ ਕਾਲਿਆਂ ਚ। ਫਿਰ ਦੇਖ ਮੈਂ ਤਾਂ ਜਾਣਾ ਭੋਗ ਤੇ ਆਪਣੇ ਉਹ ਪਿੰਡ ਚ ਬੜਾ ਮਰ ਗਿਆ ਸੀ ਉਹਨਾਂ ਦਾ। ਹੈਂ, ਤੂੰ ਸਪਰੇਅ ਕਰਨੀ ਅੱਜ ਤੈ? ਸਪਰੇਅ ਤਾਂ ਕਰ ਦੂੰਗਾ, ਚਾਹਿਆ ਵੀ ਮੇਰੇ ਨਾਲ ਮਾੜੇ ਜੇ ਮੁੰਡੇ ਨੂੰ ਭੇਜ ਦੀ ਤੁਹਾਡੇ ਨੂੰ, ਮੈਨੂੰ ਭੇਤ ਨੀ ਹੈਗਾ। ਉਹ ਹੈਗਾ ਮੁੰਡਾ, ਉਹਨੂੰ ਠਾਲ ਕੇ ਆਇਆ ਮੈਂ, ਕਿਰਾਂ ਦਾ ਠਾਲਿਆ, ਉੱਠਿਆ ਨੀ ਹੋਏ ਸਹੁਰਾ। ਠੀਕ, ਦੁਬਾਰੇ ਫਿਰ ਮੈਂ ਠਾਲੂਗਾ ਉਹਨੂੰ, ਆਵਾਜ਼ ਉਹ ਤੇਰੇ ਨਾਲ ਕੋਈ ਨਾ ਵਾਜੂਗਾ। ਸਪਰੇਅ ਐਨ ਵਧੀਆ ਗੌਰ ਨਾਲ ਕਰ ਦੀ ਬਸ, ਘਰਾਂ ਕਿਤੇ ਸੁੰਡੀ ਸਾਡੀ ਦੁਬਾਰੇ ਫੇਰ ਨਾ ਲੱਗ ਜੇ। ਠੀਕ, ਹਾਂ ਉਹ ਮੁੰਡੇ ਦਾ ਸੁਭਾਅ ਥੋੜਾ ਜਿਹਾ ਆਪਣੇ ਦਾ ਤਲਕੇ ਆ ਬਸ, ਮਾੜਾ ਜਿਹਾ ਤੂੰ ਚੁੱਪ ਕਰ ਦੀ ਜੇ ਉਹ ਕੁਝ ਬੋਲ ਪਿਆ ਇਹੋ ਜੀ ਆਹੋ ਜਾ ਕੇ ਫਿਰ ਮੈਂ ਠਾਲਦਾ ਉਹਨੂੰ। ਦੇਖੀ ਉਹ ਪਿਆ ਸੁੱਤਾ, ਕੰਨਾ ਚਾਹ ਝੂਠੀਆਂ ਲਾਈ ਪਿਆ, ਲੈ ਉਹ ਪਰੋਸੀ ਲਾ ਰੱਖਿਆ। ਉਹ ਮੁੰਡਿਆ ਤੈਨੂੰ ਸੁਣਦਾ ਨੀ ਮੈਂ ਤੈਨੂੰ, ਉਹ ਵੀਰ ਖੜਾ ਹੋ ਜਾ, 9 ਵੱਜ ਰਹੇ ਨੇ, ਉਹ ਛੋਟੇ ਛੋਟੇ ਜਵਾਕ ਕੰਮ ਕਰਨ ਲੱਗੇ, ਕੋਈ ਖੇਤ ਚੜੀ ਲੈਣ ਜਾਂਦਾ, ਕੋਈ ਕੁਛ ਕਰਦਾ, ਉਹ ਕਪੜਾ ਨੌਕਰ ਕਾਲਾ ਉਹ ਵੀ ਆ ਗਿਆ 9 ਵਜੇ ਨੂੰ, ਮੱਥਾ ਟੇਕ ਆਇਆ ਉੱਥੇ ਮਾੜੀ ਤੇ। ਨੀਂਦ ਆ ਰਹੀ ਤੀ, 9 ਵੱਜ ਗਏ ਹਲੇ, ਨੀਂਦ ਕਸ ਰਿਹਾ ਹਲੇ ਤੇ, ਰਾਤ ਨੂੰ ਤਾਂ ਇਹਨਾਂ ਦਾ ਬਾਪ ਦਾ ਪੈਂਡਾ ਨੀ ਛੱਡਦਾ ਸਾਰੀ ਰਾਤ ਤੂੰ ਮੇਰਾ, ਕਿਉਂ ਮੇਰੇ ਤੋਂ ਇੰਨੀ ਕਹਾਈਆਂ ਨਾ ਤੂੰ। ਚੱਲ ਖੜਾ ਹੋ ਗਿਆ, ਸਪਰੇਅ ਕਰਾਈ ਤੂੰ ਚੱਲ ਕੇ। ਮੈਂ ਤਾਂ ਕਿਤੇ ਬਾਹਰ ਜਾਣਾ, ਪਾਸੇ ਜਾਣਾ ਹੈਗਾ। ਉਹ ਵੀਰ ਰਹਿਣ ਤੇ ਜਾਣ, ਰਹਿਣ ਦੇ ਤੇਰੇ ਬਾਹਰ ਨੂੰ, ਅੱਜ ਪੰਛੀ ਤੁਸੀਂ ਬੰਦਾ ਦੇਖ ਲਓ, ਕੋਈ ਜ਼ਰੂਰੀ ਹੈ ਮੇਰਾ ਜਾਣਾ। ਬੰਦਾ ਮੇਰਾ ਬੰਦਾ ਉਹੀ 500 ਰੁਪਇਆ ਲਓ ਬੰਦਾ ਸਪਰੇਅ ਦਾ, ਤੂੰ ਸਪਰੇਅ ਕਰਾ ਚੱਲ ਕੇ ਖੜਾ ਹੋ ਕੇ ਨਾ, ਮੈਂ ਉੱਥੇ ਆਪਣੇ ਗੁਆਂਢੀ ਦਾ ਬੁੜਾ ਮਰ ਗਿਆ ਉਹਦੇ ਭੋਗ ਤੇ ਜਾ ਕੇ। ਚਲੋ ਚੱਲ ਖੜਾ ਹੋ, ਮੈਂ ਚਾਹ ਪੀ ਕੇ ਜਾਣਾ। ਬੜਾ ਲੋਕ ਵੀ ਤਾਰਾ ਗੁੜੇ ਨੇ ਯਾਰ, ਸੌਣ ਵੀ ਦਿੱਤਾ ਹੈਗਾ ਸਾਰੇ, ਨੀਂਦ ਖਰਾਬ ਕਰਤੀ, ਚੱਲ ਇਹਨਾਂ ਜਾਣੀ ਪਊਗਾ। ਫੋਨ ਵੀ ਚੱਲ ਫਿਰ ਚੱਕਣ ਦੀ, ਪਰ ਨਾ ਕਿੱਧਰ ਗਿਆ ਮੇਰਾ ਨੌਕਰ ਨੇ ਸਾਰਾ ਇਹਦੇ ਇਹ ਕਰਦਾ ਜਿਹੜਾ ਉਸ ਕਰਦਾ, ਇਹਦਾ ਹੱਲ ਕਰਨੇ ਕੇ ਜਾ ਕੇ ਪਹਿਲਾਂ, ਅੱਗੇ ਤਾਂ ਨੀ ਕਹੂਗਾ ਮੇਰੇ ਨਾਲ ਭੇਜੋ ਉਹਨੂੰ।
ਚਾਚਾ ਵੀ ਨੀ ਆਇਆ ਅਜੇ ਤੱਕ। ਚੰਗਾ ਕਾਲੇ ਲੈ ਜਾ ਰਿਹਾ ਤੂੰ ਛੇੜ ਕੇ ਗਏ ਤੈਨੂੰ ਕਰਾ। ਉਹ ਕਿਹਾ ਉਹਨੂੰ ਚੌਧਰੀ ਨੂੰ, ਮੈਂ ਕਹਿੰਦਾ ਆਉਣਾ ਉੱਠ ਕੇ। ਠੀਕ ਹੈ ਚੱਲ ਲੈ ਜਾ ਰਿਹਾ ਤੂੰ ਚੱਲ ਕਰ ਆਜੂ। ਆਹੋ ਇਹਨੇ ਕਰ ਲਾ ਪੰਪ ਤਿਆਰ ਚੱਲ ਕੇ ਆਉਂਦਾ। ਲੈ ਦੇਖ ਲੋ ਜੱਟਾਂ ਦੇ ਕੰਮ, ਇੰਨੀ ਧੁੱਪ ਇਹਨਾਂ ਲਾਤਾ ਪਰੋ ਹੁਕਮਾ ਵੀ ਸਪਰੇ ਕਰਿਆ ਜਾ ਕੇ ਦੱਸ ਪਤਾ ਕੀ ਕਰ। ਵੱਡੇ ਭਾਈ ਉਹ ਤਾਂ ਕੋਈ ਵੀ ਨੀ ਕਰ ਰਿਹਾ ਤੈਂ ਲੱਗ ਰਿਹਾ ਮੈਂ ਕਰ ਲਈ ਹੋਣੀ ਸਪਰੇ ਕਰ ਲਈ ਹੋਣੀ ਸਾਰੀ ਤੈਂ ਨਾ ਨਾ ਵੱਡੇ ਭਾਈ ਲੱਗ ਰਿਹਾ ਅਜੇ ਤਾਂ ਕਰਨਾ ਮੈਂ ਕੈਟੋ ਜੇ ਕਰਦੀਆਂ ਤਿੰਨ ਚਾਰ ਕਟੋਲੀਆਂ ਕਰੇ ਵੱਡੇ ਭਾਈ ਤਿੰਨ ਚਾਰ ਹੀ ਕਰੀਆਂ ਨੇ ਇਹ ਯਾਰ ਇੱਕ ਤਾਂ ਵੱਡੇ ਭਾਈ ਹਿਸਾਬ ਨੀ ਹੈਗਾ ਵੀ ਦੁਬਾਰਾ ਤੈਨੂੰ ਕਿੰਨਾ ਟਾਈਮ ਕੰਮ ਹੋਇਆ ਤੂੰ ਹਿਸਾਬ ਨੀ ਜਾ ਕਰ ਜਾ ਕੰਮ ਦਾ ਚੱਲ ਜਾ ਕਰ ਕੰਮ ਉਹਦਾ ਕਿੱਥੇ ਯਾਰ ਮੱਥੇ ਲਵੋ ਮੱਥੇ ਪਿਆ ਇਹ ਪਤਾ ਨੀ ਸਦਾ ਨੀ ਕੰਮ ਦਾ ਕਹਿਤਾ ਜਾ ਕੇ ਕੰਮ ਕਰਾਇਆ ਆਪ ਹੀ ਪਤਾ ਉਹਨੂੰ ਮੈਂ ਕੀ ਦੱਸੂਗਾ ਉਹਨੂੰ ਵੱਧ ਘੱਟ ਪਾ ਦੋ ਦਵਾਈ ਫਿਰ ਹੋ ਗਿਆ ਮਹੀਨੇ ਕਿਉਂ ਹੁਣ ਯਾਰ ਤਿੰਨ ਕਰਤੇ ਉਹ ਕਿਹੜਾ ਸਹੀ ਕਰੀਆਂ ਹੋਣੀਆਂ ਨੇ ਜਾਂ ਕਰ ਜਾ ਕੰਮ ਬਾਈ ਦਬਾਈ ਕਿੰਨੀ ਕੁ ਪਾਉਣੀਆਂ ਦੱਸ ਦੇਗਾ ਮਾੜੀ ਜੀ ਮੈਨੂੰ ਯਾਰ ਮੈਨੂੰ ਨੀ ਪਤਾ ਪਾ ਲਾਉਂਦਾ ਜਾਂ ਪਾਉਣੀਆਂ ਸਰਦਾਰ ਜੀ ਨਾਲੋਂ ਤਾਂ ਬਹੁਤ ਫਰਕ ਆ ਇਹਦਾ ਕਾਕੇ ਦਾ ਤੈਨੂੰ ਕੌਣ ਕਹਿੰਦਾ ਮੈਂ ਗੇਮ ਖੇਡ ਰਿਹਾ ਮੈਂ ਜਾ ਕੇ ਸਪਰੇ ਕਰ ਲੱਭ ਯਾਰ ਤੂੰ ਕਿੱਥੇ ਯਾਰ ਦਿਮਾਗ ਖਾਧਾ ਬੰਦੇ ਨੇ ਮੇਰਾ ਯਾਰ
ਯਾਰ ਮੈਂ ਨੀ ਖੇਡਦਾ ਗੇਮ ਹੁਣ ਯਾਰ, ਸਾਰਾ ਮਜ਼ਾ ਖਰਾਬ ਕਰਦਾ ਬੰਦਾ ਹੀ ਬਰਾਤਾ ਮੇਰੇ ਤਾਂ। ਵੱਡੇ ਬਾਈ ਮੇਰੇ ਨਾਲ ਸਪਰੇ ਜੀ ਕਰਾ ਦਿੰਦਾ ਇੱਕ ਦੋ ਢੋਲੀਆਂ ਤੂੰ। ਮੈਂ ਤੇਰੇ ਸਾਰਾ ਠੇਕਾ ਲੈ ਸਪਰੇ ਦਾ ਮੈਂ। ਮੇਰੇ ਤਾਂ ਬਾਈ ਪੈਰ ਵੀ ਖਰਾਬ ਹੋ ਰਹੇ ਨੇ, 10-12 ਢੋਲੀਆਂ ਕਰਤੀਆਂ ਕੱਲੇ ਜਾਣੇ ਨੇ। ਮੈਂ ਹੀ ਕਰਾਂ ਜੇ ਪੈਰ ਖਰਾਬ ਹੋ ਗਏ, ਜੇ ਮੇਰੇ ਕੋਲ ਲੜ ਗਿਆ ਫਿਰ ਕੌਣ ਜ਼ਿੰਮੇਵਾਰ ਆ? ਸਾਡਾ ਵੀ ਬਾਈ ਕੋਈ ਜ਼ਿੰਮੇਵਾਰ ਹੋਊਗਾ। ਤੈਨੂੰ 1,00,000 ਦਿੰਦੇ ਤੂੰ ਫ੍ਰੀ ਕੰਮ ਕਰਦਾ ਤੂੰ ਰਹਿੰਦੀ ਕਰ। ਜੇ 1,00,000 ਦਿੰਦੇ ਹੋ ਬਾਈ ਫੇਰ ਕਿਹੜਾ ਮੁੱਲ ਲੈ ਲਿਆ ਬਾਈ ਤੁਸੀਂ? ਮੈਂ ਹਾਈ ਤੂੰ ਜਵਾਲ ਲਾਉਣਾ ਪੈਂਦਾ ਯਾਰ, ਕੋਈ ਅੱਧੋ ਤੇਰੀ ਕਮਾਲ ਆ ਤੇਰੀ ਯਾਰ। ਮੈਂ ਆਪਣੇ ਕੰਮ ਕਰ ਬੋਲਿਆ। ਜੱਟ ਦਾ ਸੀਰੀ ਦਾ ਜੱਟ ਦਾ ਨਾ ਮਾਦਾ ਰਿਸ਼ਤਾ ਹੁੰਦਾ ਕਿਤੇ ਇਹਦੇ ਗੱਲ ਨਾ ਲੱਗ ਤੂੰ। ਚਲੋ ਤੂੰ ਭਜ ਕਰ ਨੂੰ, ਮੈਂ ਚੱਲਿਆ ਆਪਦਾ ਕੰਮ ਆਪੇ, ਮੈਂ ਨਹੀਂ ਕਰਦਾ ਉਹਦਾ ਕੰਮ ਦਾ। ਆਹੋ ਤੂੰ ਤਾਂ ਕਿਤੇ ਹੋਰ ਨਹੀਂ ਗਾ, ਤੇਰੀ ਸਿਰ ਤੇ ਪਿਆ ਕੰਮ ਸਾਰਾ। ਚੱਲ ਮੈਂ ਬਹਿ ਜਾ ਦਾਮ ਲੈ ਲਾ ਫਿਰ ਕਰ ਲੈ ਕੋਈ ਨਾ, ਬਹਿ ਜਾ। ਕਿੱਥੇ ਪਾਕ ਲਾਇਆ ਉਰੇ ਛੱਡ ਲਵੇ, ਜੱਟ ਦਾ ਤਾਂ ਬੋਲ ਹੈ ਨੌ ਮਾਸ ਦਾ ਰਿਸ਼ਤਾ ਹੁੰਦਾ, ਪਾਣੀ ਪੂਣੀ ਪੀ ਲੈ।